ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪਿਛਲੇ 10 ਸਾਲਾਂ ਤੋਂ ਹੋਈ ਘਟਾਲਿਆਂ ਦੀ ਪਰਤ ਦਰ ਪਰਤ ਖੁੱਲਣ ਲੱਗ ਪਈ ਹੈ। ਇਸ ਦੇ ਚੱਲਦੇ ਇੱਥੇ ਕੰਮ ਕਰਨ ਵਾਲੇ ਮੁਲਾਜ਼ਮ ਅੱਗੇ ਆ ਰਹੇ ਹਨ। ਇਸ ਦੇ ਬਾਰੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਇੱਕ ਛਾਤਰ ਸੰਗਠਨਾਂ ਨੇ ਇਸ ਘਟਾਲੇ ਦੀ ਪੜਤਾਲ ਦੀ ਮੰਗ ਕੀਤੀ। ਇਸ ਸੰਗਠਨ ਦੇ ਨੇਤਾਵਾਂ ਨੇ ਅੱਜ ਪਟਿਆਲਾ ਵਿੱਚ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਪਿਛਲੇ ਸਮੇਂ ਤੋਂ ਇੱਥੇ ਖਰੀਦੇ ਗਏ ਕਾਗਜ਼ ਵਿੱਚ ਕਰੋੜਾਂ ਦਾ ਘਟਾਲਾ ਹੋਇਆ ਹੈ, ਪਰ ਪੰਜਾਬੀ ਯੂਨੀਵਰਸਿਟੀ ਦਾ ਪ੍ਰਸ਼ਾਸਨ ਅਤੇ ਨਵੇਂ ਨਿਯੁਕਤ ਵਾਈਸ ਚਾਂਸਲਰ BS ਘੁੰਮਨ ਇਸ ਬਾਰੇ ਕੋਈ ਕਾਰਵਾਈ ਨਹੀਂ ਕਰ ਰਹੇ, ਜਦੋਂ ਕਿ ਅਸੀਂ ਦੋ ਵਾਰ ਆਪਣੀ ਗੱਲ ਉਹਨਾਂ ਸਾਹਮਣੇ ਰੱਖ ਚੁੱਕੇ ਹਾਂ। ਅਸੀਂ ਪ੍ਰੈਸ ਕਾਨਫਰੰਸ ਜੋ ਯੂਨੀਵਰਸਿਟੀ ਵਿੱਚ ਪਿਛਲੇ ਸਾਲਾਂ ਦੇ ਦੌਰਾਨ ਜੋ ਘਪਲੇ ਹੋਏ ਹਨ ਉਸ ਦੇ ਸੰਬੰਧ ਵਿੱਚ ਕੀਤੀ ਹੈ। ਇਸ ਦਾ ਮੇਨ ਮਕਸਦ ਇਹ ਹੈ ਕਿ ਕਿਉਂਕਿ ਯੂਨੀਵਰਸਿਟੀ ਨੂੰ ਅਸੀਂ ਲਗਾਤਾਰ ਇਹ ਕਹਿ ਰਹੇ ਹਾਂ ਕਿ ਘਪਲੇ ਹੋਏ ਹਨ, ਇਨਕੁਆਇਰੀ ਰਿਪੋਰਟਾਂ ਸਾਡੇ ਕੋਲ ਮੌਜੂਦ ਹਨ, ਪਰ ਯੂਨੀਵਰਸਿਟੀ ਪ੍ਰਸ਼ਾਸਨ ਜਾਂ ਵਾਈਸ ਚਾਂਸਲਰ ਕੋਈ ਵੀ ਇਸ 'ਤੇ ਕਾਰਵਾਈ ਨਹੀਂ ਕਰਨਾ ਚਾਹੁੰਦਾ। ਇਸ ਕਰਕੇ ਅਸੀਂ ਇਹ ਮੀਡੀਆ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਹਾਂ ਕਿ ਸਾਡੀ ਯੂਨੀਵਰਸਿਟੀ ਹੈ ਜਿਹੜੀ ਉਸ ਨੂੰ ਕੰਗਾਲ ਕਿਵੇਂ ਕੀਤਾ ਗਿਆ ਹੈ। ਉਹ ਭਾਵੇਂ ਆਨਸਰ ਬੁੱਕ ਖਰੀਦ ਦਾ ਮਸਲਾ ਹੈ ਜਿਸ ਦੇ ਵਿੱਚ ਯੂਨੀਵਰਸਿਟੀ ਨੂੰ ਪਿਛਲੇ 5 ਸਾਲਾਂ ਦੇ ਦੌਰਾਨ 4 ਕਰੋੜ ਦਾ ਘਾਟਾ ਸਹਿਣਾ ਪਿਆ ਹੈ। ਜੇਕਰ ਇਹੀ ਈ ਟੈਂਡਰਿੰਗ ਰਾਹੀਂ ਕੀਤੀ ਜਾਂਦੀ ਤਾਂ 30% ਜਿਹੜਾ ਸੀਗਾ ਉਹ ਯੂਨੀਵਰਸਿਟੀ ਦਾ ਪੈਸਾ ਬਚ ਸਕਦਾ ਸੀਗਾ। ਦੂਜਾ ਹੈ ਜੋ ਪੇਪਰ ਯੂਨੀਵਰਸਿਟੀ ਖਰੀਦਦੀ ਹੈ, ਪਿਛਲੇ 5 ਸਾਲਾਂ ਦੇ ਦੌਰਾਨ 5 ਕਰੋੜ ਰੁਪਏ ਦਾ ਪੇਪਰ ਖਰੀਦਿਆ ਗਿਆ ਹੈ, ਪਰ 2017 ਵਿੱਚ ਜਦੋਂ ਈ ਟੈਂਡਰਿੰਗ ਹੋਈ ਤਾਂ ਉਸ ਦੇ ਵਿੱਚ 29-30% ਦੀ ਸੇਵਿੰਗ ਪਾਈ ਗਈ ਹੈ, ਯਾਨੀ ਕਿ 1.80 ਕਰੋੜ ਰੁਪਇਆ ਜੋ ਯੂਨੀਵਰਸਿਟੀ ਦਾ ਬਚ ਸਕਦਾ ਸੀ। ਇਸ ਤਰ੍ਹਾਂ ਦੇ ਹੋਰ ਬਹੁਤ ਘਪਲੇ ਹਨ, ਭਾਵੇਂ ਕੋਈ ਚੀਜ਼ ਖਰੀਦਣੀ ਹੈ, ਸੋਫਟਵੇਅਰ ਖਰੀਦ ਹੈ, ਜਾਂ ਯੂਨੀਵਰਸਿਟੀ ਨੇ ਇਸ ਤਰ੍ਹਾਂ ਹੀ ਕੋਈ ਬੇਲੋੜੇ ਢੰਗ ਨਾਲ ਆਪਣੀਆਂ ਲੋਕਾਂ ਨੂੰ ਮਤਲਬ ਕਿ ਯੂਨੀਵਰਸਿਟੀ ਵਿੱਚ ਕੰਮ ਦਿੱਤਾ ਹੋਇਆ। ਇੱਕ ਫਾਰਮ ਔਨਲਾਈਨ ਕਰਨ ਲਈ ਯੂਨੀਵਰਸਿਟੀ 60 ਰੁਪਏ ਬਾਹਰ ਦੀ ਕੰਪਨੀ ਦੇ ਰਹੀ ਹੈ, ਕਿ ਜਦੋਂ ਕਿ ਯੂਨੀਵਰਸਿਟੀ ਕੋਲ ਬਹੁਤ ਵੱਡਾ ਨੋਨ ਟੀਚਿੰਗ ਤਜਰਬੇਕਾਰ ਸਟਾਫ ਪਿਆ ਹੋਇਆ ਹੈ, ਪਰ ਉਹਨਾਂ ਦੀ ਵਰਤੋਂ ਯੂਨੀਵਰਸਿਟੀ ਨਹੀਂ ਕਰ ਰਹੀ ਹੈ। ਇਸ ਤੋਂ ਇਲਾਵਾ ਸਾਡੇ ਕੋਲ 12 ਸਕੈਮ ਇਹੋ ਜਿਹੇ ਪਏ ਨੇ। ਇਹ 4 ਸਕੈਮ ਨੇ ਜਿਸ ਦੇ ਵਿੱਚ ਸਿਰਫ ਯੂਨੀਵਰਸਿਟੀ ਵੱਲੋਂ 4 ਸਕੈਮਾਂ ਦੇ ਵਿੱਚ 6-7 ਕਰੋੜ ਦਾ ਜਿਹੜਾ ਘਾਟਾ ਯਾਨੀ ਕਿ ਸਕੈਮ ਸਾਹਮਣੇ ਆਉਂਦਾ ਪਿਆ, ਜੇ ਕਿ ਅਧਿਕਾਰੀਆਂ ਨੇ ਮਿਲ ਕੇ ਇਹ ਸਕੈਮ ਕੀਤਾ। ਇਸ ਤੋਂ ਇਲਾਵਾ ਭਰਤੀ ਘੁਟਾਲੇ ਹੋਏ ਨੇ, ਗਲਤ ਭਰਤੀਆਂ ਹੋਈਆਂ ਨੇ, ਸਿਫਾਰਸ਼ ਭਰਤੀਆਂ ਹੋਈਆਂ ਨੇ, ਉਹਨਾਂ ਸਾਰੀਆਂ ਚੀਜ਼ਾਂ ਦੇ ਅਨਮੈਰਿਟਡ ਜਿਹੜੇ ਮੈਰਿਟ 'ਚ ਨਹੀਂ ਬੰਦੇ ਆਏ ਉਹਨਾਂ ਨੂੰ ਭਰਤੀ ਕੀਤਾ ਗਿਆ। ਉਹਨਾਂ ਸਾਰੀਆਂ ਜੋ ਰਿਪੋਰਟਾਂ ਹਨ ਉਹ ਸਾਡੇ ਕੋਲ ਅਵੇਲੇਬਲ ਹਨ, ਕੁਝ ਕੁ ਸਮੇਂ ਬਾਅਦ ਅਸੀਂ ਉਹਨਾਂ ਦੇ ਵੀ ਖੁਲਾਸੇ ਕਰਾਂਗੇ ਜੇਕਰ ਇਹਨਾਂ ਰਿਪੋਰਟਾਂ ਉੱਪਰ ਕਾਰਵਾਈ ਨਹੀਂ ਹੁੰਦੀ ਜਾਂ ਉਹਨਾਂ ਦੇ ਉੱਪਰ ਵੀ ਕਾਰਵਾਈ ਨਹੀਂ ਹੁੰਦੀ। ਹਾਂਜੀ, ਅਸੀਂ ਉਹਨਾਂ ਨੂੰ ਡਿਸਕਸ ਕੀਤਾ ਹੈ, ਉਹਨਾਂ ਨੂੰ ਮੰਗ ਪੱਤਰ ਦਿੱਤਾ ਹੈ, ਅੱਜ 20 ਦਿਨ ਹੋ ਚੁੱਕੇ ਨੇ, 25 ਦਿਨ, ਪਰ ਉਹਨਾਂ ਵੱਲੋਂ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ। VC ਸਾਹਿਬ ਅਥਾਰਟੀ ਜੋ ਵੀ ਉਹਨਾਂ ਦੀ ਹੈ ਉਹਨਾਂ ਨੂੰ ਅਸੀਂ 2 ਵਾਰੀ ਮਿਲ ਚੁੱਕੇ ਹਾਂ ਇਸ ਮਸਲੇ ਦੇ ਉੱਪਰ। ਪਟਿਆਲਾ ਤੋਂ SMR ਨਿਊਜ਼ ਦੇ ਲਈ ਬਲਜੀਤ ਸਰਨਾ ਦੀ ਰਿਪੋਰਟ।